द हरप्रीत सिंह शो ਤੇ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਮੇਰਾ ਸਾਥ ਦੇਣਗੇ ਭਾਈ ਜਸਬੀਰ ਸਿੰਘ ਜੀ, ਜਿਹੜੇ ਸਾਡੇ ਮਹਿਮਾਨ ਨੇ ਗੁਰਦੁਆਰਾ ਕਾਲੀ ਸਿੰਘ ਸਿੱਖ ਸੁਸਾਇਟੀ ਵੈਂਕੂਵਰ ਤੋਂ। ਭਾਈ ਸਾਹਿਬ ਨਾਲ ਅੱਜ ਅੰਕ 695 ਤੇ ਅੰਕਿਤ ਭਗਤ ਤ੍ਰਿਲੋਚਨ ਜੀ ਦਾ ਇਹ ਸ਼ਬਦ ਜੋ ਹੈ ਉਸ ਦੇ ਬਾਰੇ ਸਾਂਝ ਪਾਵਾਂਗੇ ਤੇ ਜਾਣਕਾਰੀ ਲਵਾਂਗੇ ਕਿ ਗੁਰੂ ਭਗਤ ਜੀ ਸਾਨੂੰ ਕੀ ਉਪਦੇਸ਼ ਕਰ ਰਹੇ ਨੇ। ਸ਼ਬਦ ਹੈ, ਪੂਰਬ ਲੋਕ ਕਰਿਤ ਕਰਮ ਨਾ ਮਿਟੇ ਰੀ ਕਰ ਗਏ ਹਨ। ਪੂਰਬਲੇ ਕਰਮਾਂ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਇਸ ਸ਼ਬਦ ਵਿੱਚ ਭਗਤ ਤ੍ਰਿਲੋਚਨ ਜੀ ਕੀ ਸਮਝਾਉਣ ਦੀ ਸਾਨੂੰ ਕੋਸ਼ਿਸ਼ ਕਰ ਰਹੇ ਨੇ, ਔਰ ਇਸ ਬਾਰੇ ਜਾਣਕਾਰੀ ਲੈਂਦੇ ਹਾਂ ਭਾਈ ਜਸਬੀਰ ਸਿੰਘ ਜੀ ਤੋਂ। ਭਾਈ ਸਾਹਿਬ ਜੀ ਆਇਆਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਗਤਾਂ ਦੀ ਜਿਹੜੀ ਬਾਣੀ ਹੈਗੀ ਜੀ, ਭਗਤ ਤ੍ਰਿਲੋਚਨ ਦੇ ਬਹੁਤ ਸਾਰੇ ਸ਼ਬਦ ਨੇ, ਪਰ ਇਸ ਸ਼ਬਦ ਵਿੱਚ ਪੂਰਬ ਲੋਕ ਕਰਿਤ ਕਰਮ ਦਾ ਜਿਹੜਾ ਜ਼ਿਕਰ ਕੀਤਾ ਗਿਆ ਹੈ, ਅੱਜ ਆਮ ਤੌਰ 'ਤੇ ਇਹ ਬਹੁਤ ਪ੍ਰਚਲਿਤ ਹੈਗਾ ਜੀ, ਪੂਰਬਲੇ ਕਰਮਾਂ ਦਾ ਅੱਜ ਅਸੀਂ ਜੋ ਹੈ ਸੁੱਖ ਪਹੁੰਚ ਰਿਹਾ ਜਾਂ ਦੁੱਖ ਸਾਨੂੰ ਮਿਲ ਰਿਹਾ ਹੈਗਾ, ਅਤੇ ਜੋ ਹੁਣ ਬੀਜਾਂਗੇ ਉਹ ਸਾਨੂੰ ਅਗਲੇ ਜਾ ਕੇ ਕਰਮ ਜਨਮ ਦੇ ਵਿੱਚ ਉਸਦਾ ਫਾਇਦਾ ਜਾਂ ਨੁਕਸਾਨ ਹੋਏਗਾ। ਇਸ ਸ਼ਬਦ ਵਿੱਚ ਜੋ ਭਗਤ ਤ੍ਰਿਲੋਚਨ ਜੀ ਕਹਿ ਰਹੇ ਨੇ ਜੀ, ਕੀ ਉਸ ਪੂਰਬਲੇ ਕਰਮਾਂ ਦਾ ਕੋਨਸੈਪਟ ਜਿਹੜਾ ਅੱਜ ਜਿਸ ਦੇ ਬਾਰੇ ਅਸੀਂ ਜ਼ਿਕਰ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਕੀ ਉਹ ਹੈ ਜਾਂ ਪੂਰਬਲੇ ਕਰਮ ਜੋ ਕੱਲ੍ਹ ਨਿਕਲ ਗਿਆ ਉਸ ਵਿੱਚ ਜੋ ਕੁਝ ਅਸੀਂ ਕੀਤਾ ਹੈ ਉਹਦੇ 'ਤੇ ਆਧਾਰਿਤ ਕੀ ਹੈ ਜੀ ਇਹ ਕੋਨਸੈਪਟ? ਦੇਖੋ, ਕਰਮ ਫਿਲਾਸਫੀ ਜਿਹੜੀ ਖਾਸ ਤੌਰ 'ਤੇ ਜਿਹੜੇ ਪੂਰਬੀ ਧਰਮ ਆ ਜੀ, ਜਿਨ੍ਹਾਂ 'ਚ ਹਿੰਦੂਇਜ਼ਮ ਦੇ ਵੱਖੋ ਵੱਖਰੇ ਸੈਕਟ ਆ ਜਾਂਦੇ ਆ, ਬੁੱਧੀਜ਼ਮ ਆ ਜਾਂਦਾ, ਜੈਨਿਜ਼ਮ, ਇਹ ਕਾਫੀ ਜ਼ੋਰ ਦਿੰਦੇ ਇਹਨਾਂ ਗੱਲਾਂ 'ਤੇ। ਬਿਲਕੁਲ, ਭਾਵੇਂ ਸਿੱਖ ਧਰਮ ਨੂੰ ਵੀ ਇਹਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਜੀ, ਪਰ ਗੁਰਮਤ ਦਾ ਇੱਕ ਆਪਣਾ ਫਲਸਫਾ, ਉਸ ਫਲਸਫੇ ਕਾਰਨ ਇਹ ਨਿਰਾਲਾ, ਰਾਈਟ, ਇਹਦਾ ਵੱਖਰਾਪਣ ਜਿਹੜਾ ਉਹ ਉਹਦਾ ਆਧਾਰ ਜਿਹੜਾ ਉਹ ਗੁਰਬਾਣੀ ਦਾ ਫਲਸਫਾ ਜੀ। ਪਰ ਇਹ ਗੱਲ ਵੱਖਰੀ ਆ ਕਿ ਅਸੀਂ ਗੁਰਬਾਣੀ ਨੂੰ ਜਦੋਂ ਪੜ੍ਹਦੇ ਵਿਚਾਰਦੇ ਹਾਂ ਤਾਂ ਅਸੀਂ ਉਹੀ ਜਿਹੜੀ ਪਰੰਪਰਾਗਤ ਜੋ ਸੋਚ ਆ ਜੀ ਕਰਮਾਂ ਸੰਬੰਧੀ ਵੀ, ਜਾਂ ਅਸੀਂ ਉਸ ਐਨਕ ਦੀ ਵਰਤੋਂ ਕਰਦੇ ਹੋਏ ਨੂੰ ਪੜ੍ਹਦੇ ਵਿਚਾਰਦੇ ਹਾਂ, ਰਾਈਟ। ਇਹੀ ਕਾਰਨ ਹੈ ਕਿ ਜਿੱਥੇ ਵੀ ਇਹੋ ਜਿਹੇ ਸ਼ਬਦ ਆਉਂਦੇ ਆ, ਝੱਟ ਸਾਡਾ ਧਿਆਨ ਉਹ ਜਿਹੜੀ ਗੁਰਮੁਖ ਪ੍ਰਕਾਸ਼ ਤੋਂ ਪਹਿਲਾਂ ਕਰਮਾਂ ਸੰਬੰਧੀ ਜੋ ਸੋਚ ਸੀ ਜੀ, ਵਿਚਾਰਧਾਰਾ ਪ੍ਰਚਲਿਤ ਸੀ, ਸਾਡਾ ਧਿਆਨ ਉਸ ਵੱਲ ਚਲਾ ਜਾਂਦਾ, ਔਰ ਉਹਨੂੰ ਹੀ ਧਿਆਨ ਵਿੱਚ ਰੱਖ ਕੇ ਅਸੀਂ ਫਿਰ ਇਹਨਾਂ ਸ਼ਬਦਾਂ ਦਾ ਪਾਵਰ ਲੈਂਦੇ ਹਾਂ ਜੀ। ਜੇਕਰ ਦੇਖਿਆ ਜਾਏ ਗੁਰਬਾਣੀ ਦਾ ਫਲਸਫਾ ਇੱਕ ਆਪਣਾ ਕਰਮ ਸਿਧਾਂਤ ਦਾ, ਗੁਰਬਾਣੀ ਦਾ ਇੱਕ ਆਪਣਾ ਫਲਸਫਾ ਜੀ, ਜਿਹੜਾ ਕਿ ਜਿਹਨੂੰ ਇੰਜ ਆਖੀਏ ਕਿ ਯੂਨੀਵਰਸਲ ਆਓ, ਰਾਈਟ, ਉਦੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਅਸੀਂ ਉਹ ਕਰ, ਕਿਉਂਕਿ ਜਿਹੜੇ ਸ਼ਬਦ ਤੱਕ ਅਸੀਂ ਸੀਮਿਤ ਰਹਾਂਗੇ ਜੀ, ਉਹਦੀ ਅਸੀਂ ਫਿਰ ਸਮਾਂ ਬਣਿਆ, ਅਸੀਂ ਪਹਿਲਾਂ ਕੀਤੀ ਵੀ ਸ਼ਾਇਦ ਇੱਕ ਵਾਰ ਚੱਲ, ਰਾਈਟ, ਫਿਰ ਦੁਬਾਰਾ ਇਹਨੂੰ ਰਿਪੀਟ ਕਰਾਂਗੇ ਜੀ, ਪਰ ਫਿਲਹਾਲ ਜਿਹੜਾ ਇਸ ਸ਼ਬਦ ਤੱਕ ਹੀ ਸੀਮਿਤ ਰਹਿੰਦੇ ਹਾਂ, ਰਾਈਟ। ਕਿ ਇਸ ਸ਼ਬਦ ਬਾਰੇ ਵੀ ਇਹ ਸਮਝਿਆ ਜਾਂਦਾ ਕਿ ਭਗਤ ਜੀ ਨੇ ਇੱਥੇ ਇਸੇ ਗੱਲ ਉੱਤੇ ਜ਼ੋਰ ਦਿੱਤਾ ਕਿ ਪੂਰਬ ਲੋਕ ਕ੍ਰਿਤ ਕਰਮ ਨਾ ਮਿਟੈ ਰੀ ਕਰ ਗਏ ਹਨ ਜੀ, ਤਾ ਚੇ ਮੋਹਿ ਜਾਪੇ ਅਲੇ ਰਾਮ ਚੇ ਨਾਮ। ਔਰ ਜਿਹੜੀਆਂ ਇਸ ਤੋਂ ਪਹਿਲਾਂ ਉਦਾਹਰਨਾਂ ਦਿੱਤੀਆਂ ਹੋਈਆਂ ਜੀ, ਉਹ ਇਸ ਗੱਲ ਨੂੰ ਹੀ ਉਹ ਸਮਝਦੇ ਆ ਕਿ ਗੁਰੂ ਸਾਹਿਬ ਨੇ, ਭਗਤ ਜੀ ਨੇ ਉਸੇ ਹੀ ਖਿਆਲ ਨੂੰ ਚੰਗੀ ਤਰ੍ਹਾਂ ਦ੍ਰਿੜ ਕਰਾਉਣ ਲਈ ਇਹ ਉਦਾਹਰਨਾਂ ਦਿੱਤੀਆਂ ਕਿ ਦੇਖੋ ਇਹ ਜਿਹੜੀਆਂ ਹਸਤੀਆਂ ਸੀ ਇਹਨਾਂ ਨੂੰ ਵੀ ਆਪਣੇ ਪੂਰਬਲੇ ਕਰਮਾਂ ਦਾ ਫਲ ਭੋਗਣਾ ਪਿਆ, ਔਰ ਆਮ ਮਨੁੱਖ ਦੀ ਤਾਂ ਗੱਲ ਹੀ ਕੀ ਆ, ਰਾਈਟ, ਇਹੋ ਜਿਹੀਆਂ ਹਸਤੀਆਂ ਨੂੰ ਵੀ ਆਪਣਾ ਕਰਮ ਭੋਗਣਾ, ਉਹਨਾਂ ਦਾ ਵੀ ਜਿਹੜਾ ਇਹ ਕੀਤਾ ਹੋਇਆ ਕਰਮ ਦਾ ਪ੍ਰਭਾਵ ਨਹੀਂ ਮਿਟਿਆ। ਇਸ ਲਈ ਇਸ ਸ਼ਬਦ ਬਾਰੇ ਕੁਝ ਜਿਹੜੇ ਸਾਡੇ ਟੀਕਾਕਾਰ ਆ ਜੀ, ਖਾਸ ਤੌਰ 'ਤੇ ਸੰਪਰਦਾਇ ਵੀਰ ਜਿਹੜੇ ਆ, ਉਹ ਇੱਕ ਆਮ ਤੌਰ 'ਤੇ ਸਾਖੀ ਵਿਸ਼ਵ ਦੇਖ ਤੋਂ ਵੱਧ ਪ੍ਰਚਲਿਤ ਆ ਜੀ, ਪਰ ਦੋਵਾਂ ਦਾ ਸੰਖੇਪ ਵਿੱਚ ਜ਼ਿਕਰ ਕਰਾਂ। ਕਹਿੰਦੇ ਆ ਕਿ ਭਗਤ ਜੀ ਬਜ਼ੁਰਗ ਹੋ ਗਏ, ਸੇਵਾ ਦਾ ਸੁਭਾਅ ਬਣਿਆ ਹੋਇਆ ਸੀਗਾ ਉਹਨਾਂ ਧਰਮ ਪਤਨੀ ਦਾ ਵੀ ਜੀ, ਪਰ ਹੁਣ ਬਜ਼ੁਰਗ ਹੋਣ ਕਾਰਨ ਹੁਣ ਸਰੀਰ ਜਿਹੜਾ ਉਹ ਸਾਥ ਨਹੀਂ ਦਿੰਦਾ। ਓਕੇ, ਲੋੜ ਮਹਿਸੂਸ ਹੋਈ ਕਿ ਕੋਈ ਨੌਕਰ ਮਿਲ ਜਾਵੇ ਤਾਂ ਚੰਗਾ, ਜਿਹੜਾ ਕਿ ਹੱਥ ਬਿਠਾ ਲਵੇ ਜੀ। ਭਗਤ ਜੀ ਨੇ ਮਹਿਸੂਸ ਕੀਤਾ ਵੀ ਮੇਰੀ ਘਰਵਾਲੀ ਜਿਹੜੀ ਆ ਉਹ ਹੁਣ ਸਰੀਰਕ ਕਮਜ਼ੋਰ ਹੋਣ ਕਾਰਨ ਉਹਨੇ ਤਾਂ ਸੇਵਾ ਜਿਹੜੀ ਇਹਦੇ ਲਈ ਮੁਸ਼ਕਲ ਆ, ਤਾਂ ਸੰਤਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ, ਇਹਦੀ ਨੌਕਰ ਦੀ ਲੋੜ ਮਹਿਸੂਸ ਕਰਦੇ ਆ, ਉਹ ਘਰੋਂ ਬਾਹਰ ਨਿਕਲੇ ਆ ਨੌਕਰ ਲਿਆਉਣ ਲਈ ਜੀ। ਉਹਨਾਂ ਨੇ ਇੱਕ ਜਿਹੜਾ ਨੌਜਵਾਨ ਬੱਚਾ ਮਿਲਦਾ, ਜਿਹੜੀ ਹਾਲਤ ਜਿਹੜੀ ਬੜੀ ਖਸਤਾ, ਕੱਪੜੇ ਜਿਹੜੇ ਆ ਉਹ ਬੜੇ ਮੈਲੇ ਕੁਚੈਲੇ ਜੇ, ਉਹ ਵੀ ਫਟੇ ਹੋਏ ਪਾਏ ਹੋਏ ਆ, ਪੈਰੋਂ ਨੰਗਾ, ਭਗਤ ਜੀ ਨੂੰ ਪੇਸ਼ਕਸ਼ ਕਰਦਾ। ਭਗਤ ਜੀ ਨੂੰ ਪੁੱਛਦੇ ਆ ਕਿ ਤੂੰ ਕੀ ਮੇਰੇ ਘਰ ਤੂੰ ਕੰਮ ਕਰ ਸਕੇਗਾ, ਉਹ ਕਹਿੰਦਾ ਜੀ ਮੇਰਾ ਕੰਮ ਹੀ ਇਹੀ ਆ ਜੀ।
ਉਹ ਪੁੱਛਦਾ ਵੀ ਕੀ ਕੁਝ ਲਵੇਗਾ, ਕਹਿੰਦਾ ਮੈਂ ਲੈਣਾ ਦੇਣਾ ਕੁਛ ਨਹੀਂ, ਮੈਨੂੰ ਰੋਟੀ ਮਿਲ ਜਾਵੇ, ਕੱਪੜਾ ਮਿਲ ਜਾਵੇ ਠੀਕ ਅਤੇ ਮੇਰੇ ਲਈ ਇਹੀ ਬਹੁਤ ਆ। ਪਰ ਹਾਂ, ਮੇਰੀ ਕੋਈ ਸ਼ਰਤਾਂ ਹੈਗੀਆਂ, ਜੇ ਤੁਸੀਂ ਪੂਰੀਆਂ ਕਰ ਸਕੋ ਤਾਂ ਮੈਂ ਤੁਹਾਡੀ ਸੇਵਾ ਕਰਨ ਨੂੰ ਤਿਆਰ ਹਾਂ। ਜੀ ਕਹਿੰਦੇ ਦੱਸ ਬਾਈ ਕੀ ਸ਼ਰਤਾਂ ਤੇਰੀਆਂ? ਕਹਿੰਦਾ ਪਹਿਲੀ ਗੱਲ ਇਹ ਕਿ ਮੈਨੂੰ ਜੋ ਕੰਮ ਕਰਦਾ ਉਹ ਟੋਕਿਆ ਨਾ ਜਾਵੇ। ਦੂਜੀ ਹੈਗੀ ਜੇ ਮੈਂ ਜਿੰਨਾ ਦਿਉਂਗਾ ਖਾਣ ਲਈ ਮੈਂ ਉਨਾ ਖਾ ਕੇ ਤ੍ਰਿਪਤ ਹੋ ਜਾਊਂਗਾ, ਮੈਂ ਮੰਗੂੰਗਾ ਆਪਣੇ ਮੂੰਹ ਨਹੀਂ ਮੰਗੂੰਗਾ, ਜੋ ਤੁਸੀਂ ਦੇਵੋਗੇ ਮੈਂ ਉਨਾ ਖਾ ਕੇ ਸੰਤੁਸ਼ਟ ਹੋ ਜਾਊਂਗਾ। ਜੀ ਕਹਿੰਦਾ ਤੀਜੀ, ਕਹਿੰਦਾ ਤੀਜੀ ਜੇ ਮੇਰੀ ਨਿੰਦਿਆ ਕਰੋਗੇ ਤਾਂ ਮੈਂ ਚਲਾ ਜਾਊਂਗਾ। ਨਾ ਪੁੱਛਿਆ, ਕਹਿੰਦਾ ਅੰਤਰ ਜਮੀ ਮੇਰਾ ਨਾਂ ਜੀ ਪਰ ਵਿਸਤਾਰ ਨਾਲ ਦਿੱਤੀ ਹੋਈ ਹੈ, ਮੈਂ ਸੰਖੇਪ ਵਿੱਚ ਉਹਨੂੰ ਦੁਹਰਾ ਰਿਹਾ। ਉਹ ਲੈ ਕੇ ਘਰ ਆ ਜਾਂਦੇ ਆ, ਘਰ ਵੱਲੋਂ ਨੂੰ ਕਹਿੰਦੇ ਆ ਕਿ ਭਗਵਾਨ ਨੇ ਵੀ ਮਾਲਕ ਦੀ ਮਿਹਰ ਹੋਈ ਹੈ, ਸਾਨੂੰ ਬੜਾ ਚੰਗਾ ਨੌਕਰ ਮਿਲ ਗਿਆ, ਜੀ ਇੰਨਾ ਕੋਈ ਪੈਸਾ ਧੇਲਾ ਵੀ ਨਹੀਂ ਲੈਣਾ ਸੀ, ਰੋਟੀ ਅਤੇ ਕੱਪੜਾ ਚਾਹੀਦਾ ਇਹਨੂੰ। ਘਰ ਵਾਲੀ ਵੀ ਖੁਸ਼ ਹੋ ਜਾਂਦੀ ਆ, ਹੁਣ ਕੁਦਰਤੀ ਗੱਲ ਰੱਬ ਘਰ 'ਚ ਆ ਗਿਆ, ਲਹਿਰਾਂ ਬਹਿਰਾਂ ਲੱਗ ਗਈਆਂ, ਜੋ ਕੁਝ ਉਹਨੂੰ ਦਿੰਦੇ ਆ ਅਤੇ ਉਹ ਉਹਨਾਂ ਖਾ ਕੇ ਸੰਤੁਸ਼ਟ ਹੋ ਜਾਂਦਾ। ਜੋ ਜੇ ਘਰ ਵਾਲੀ ਸੋਚਦੀ ਹੈ ਕਿ ਕੰਮ ਕਰਾਂ ਉਹ ਪਹਿਲਾਂ ਕਰਕੇ ਰੱਖ ਦਿੰਦਾ, ਜੀ ਘਰ ਵਾਲੀ ਵੀ ਉਹਨਾਂ ਦੀ ਬੜੀ ਪ੍ਰਸੰਨ ਆ ਵੀ ਬੜਾ ਵਧੀਆ ਨੌਕਰ ਮਿਲ ਗਿਆ। ਇੱਕ ਵਾਰ ਕੋਈ ਸੰਤ ਮਹਾਂਪੁਰਸ਼ ਉਹਨਾਂ ਦੇ ਘਰ ਆਏ, ਜੀ ਘਰ ਵਾਲੇ ਨੇ ਭੋਜਨ ਪਾਣੀ ਤਿਆਰ ਕੀਤਾ, ਉਹਦੇ ਮਨ 'ਚ ਆਇਆ ਵੀ ਇਹ ਨੌਕਰ ਜਿਹੜਾ ਇੰਨਾ ਵਧੀਆ ਨੌਕਰ ਆ, ਕਦੇ ਮੈਨੂੰ ਪੁੱਛਿਆ ਵੀ ਨਹੀਂ, ਜਿੰਨਾ ਦਿਨ ਉਹਨੇ ਖਾ ਕੇ ਵਿਚਾਰਾ ਉੱਠ ਜਾਂਦਾ ਜੀ ਤਾਂ ਇੱਕ ਇਹਨੂੰ ਪਹਿਲਾਂ ਮੈਨੂੰ ਖਿਲਾ ਦੇਵਾਂ। ਜੀ ਕਹਿੰਦੇ ਉਹਨਾਂ ਕਿਹਾ ਵੀ ਅੰਦਰ ਵੀ ਤੂੰ ਪਹਿਲਾਂ ਤੂੰ ਪਹਿਲਾਂ ਖਾ ਲੈ, ਫਿਰ ਹੀ ਆਪਾਂ ਸੰਤਾਂ ਦੀ ਸੇਵਾ ਕਰਦੇ ਹਾਂ, ਉਹਨਾਂ ਨੂੰ ਖਿਲਾਉਂਦੇ ਹਾਂ। ਜੀ ਅੰਦਰ ਜਾ ਮੈਂ ਉਹਨੇ ਬੈਠ ਗਏ, ਉਹ ਜਿਉਂ ਜਿਉਂ ਪ੍ਰਸ਼ਾਦਾ ਪਾਈ ਗਏ, ਉਹ ਛਕ ਦੇ ਗਏ, ਉਹ ਜਿਹੜਾ ਵੀ ਭੋਜਨ ਤਿਆਰ ਕੀਤਾ ਹੋਇਆ ਸੀਗਾ ਉਹ ਖਤਮ ਹੋ ਗਿਆ, ਉਹ ਸਾਰਾ ਖਤਮ ਹੋ ਗਿਆ। ਉਹ ਅੰਦਰ ਜਾ ਮੈਂ ਉਹਨੇ ਛਕ ਗਏ, ਪਰ ਉਹਨਾਂ ਨੇ ਫਿਰ ਵੀ ਤ੍ਰਿਪਤੀ ਨਹੀਂ ਹੋਈ। ਜੀ ਉਹ ਬੈਠੇ ਹੋਏ ਆ, ਜਿਉਂ ਦੇਖਿਆ ਵੀ ਹੁਣ ਸਮਾਪਤ ਹੋ ਗਏ ਆ, ਵੀ ਹੋਰ ਕੁਝ ਨਹੀਂ ਦੇਣਾ ਵੀ ਹੈ ਨਹੀਂ, ਤਾਂ ਉੱਠ ਜਾਂਦੇ ਆ। ਜੀ ਘਰ ਵਾਲੀ ਬੜੀ ਖਿੱਚ ਜਾਂਦੀ ਆ ਵੀ ਚੰਗਾ ਕੋਈ ਚੰਗਾ ਵੀ ਇੰਨਾ ਖਰਾ ਖਾ ਕੇ ਵੀ ਨਹੀਂ ਰਜਿਆ, ਰਾਈਟ, ਤੂੰ ਖਿਜੀ ਹੋਈ। ਗੁਆਂਢ ਨੂੰ ਮਿਲ ਪੈਂਦੇ ਆ, ਗੁਆਂਢ ਨੂੰ ਅੱਗੇ ਗਿਲਾ ਕਰਦੇ ਆ ਵੀ ਚੰਗਾ ਇਹ ਭਲਾ ਨੌਕਰ ਆ ਵੀ ਇਹ ਤੇ ਇਹ ਪਤਾ ਨਹੀਂ ਕਿਹਦਾ ਪੇਟ ਆ ਖੂਹ ਆ, ਕਹਿੰਦਾ ਭਰਦਾ ਹੀ ਨਹੀਂ ਇਹ। ਅੰਦਰ ਜਾਮੀ ਹੋਰਾਂ ਨੇ ਜਾਣਿਆ ਵੀ ਹੁਣ ਮੇਰੇ ਨਿੰਦੇ ਆਏ, ਉਦੋਂ ਚਲੇ ਗਏ। ਜੀ ਘਰ ਵਾਲੇ ਜਦੋਂ ਆਈ ਦੇਖਿਆ ਵੀ ਨੌਕਰੋਂ ਗਾਇਬ ਆ, ਜਿਵੇਂ ਕਿਵੇਂ ਉਹਨੇ ਸੰਤਾਂ ਦੀ ਸੇਵਾ ਕੀਤੀ ਉਹਨਾਂ ਤੋਰੇ ਆ, ਤਾਂ ਭਗਤ ਜੀ ਨੂੰ ਕਹਿਣ ਲਈ ਵੀ ਅੰਦਰ ਜਾਮੀ ਦਿਖਾਈ ਨਹੀਂ ਦਿੰਦਾ। ਖੈਰ ਉਹ ਭਾਲ ਭੁਲ ਕਰਦੇ ਆ, ਫਿਰ ਤੋਂ ਅੰਦਰ ਜਾਮੀ ਧਿਆਨ ਮਾਰਦੇ ਆ ਭਗਤ ਜੀ, ਅਤੇ ਦੇਖਦੇ ਹੋਏ ਤਾਂ ਰੱਬ ਖੁਦ ਆਇਆ ਸੀਗਾ। ਤੂੰ ਫਿਰ ਉਹ ਕਹਿੰਦੇ ਰੱਬ ਨੂੰ ਦੋਸ਼ ਨਾ ਦੇ, ਤੂੰ ਵੀ ਉਹਦੇ ਖੁਦ ਰੱਬ ਸੀਗਾ, ਤੂੰ ਆਪਣੇ ਕਰਮਾਂ ਨੂੰ ਦੋਸ਼ ਦੇ, ਤੇਰੇ ਕਰਮ ਹੀ ਐਸੇ ਆ। ਦੂਜੀ ਸਾਖੀ ਜੁੜੀ ਹੋਈ ਆ ਕਿ ਉਹਨਾਂ ਦੇ ਕੋਈ ਪੁੱਤਰ ਨਹੀਂ ਸੀ, ਨਾ ਧੀ ਨਾ ਪੁੱਤਰ, ਤਾਂ ਫਿਰ ਬੜੀ ਉਹਨਾਂ ਨੇ ਦੌੜ ਭੱਜ ਬਾਅਦ ਉਹਨਾਂ ਘਰ ਪੁੱਤਰ ਪੈਦਾ ਹੋਇਆ, ਪਰ ਪੁੱਤਰ ਚਿਰ ਨਹੀਂ ਜਿਵੇਂ ਆ, ਮੌਤ ਹੋ ਗਈ। ਤਾਂ ਭਗਤ ਜੀ ਦੀ ਘਰ ਵਾਲੀ ਰੱਬ ਨੂੰ ਕੁਛ ਲੱਗ ਪਈ, ਪਤਾ ਨਹੀਂ ਕਿਹੜੇ ਜਨਮਾਂ ਦਾ ਵੈਰ ਕਮਾਇਆ, ਜਿਸ ਅਸੀਂ ਆਮ ਕਹਿੰਦੇ ਹਾਂ ਜੀ, ਅੱਜ ਵੀ ਜੀਵਨ ਸਾਨੂੰ ਕੁਝ ਹੋ ਜਾਂਦਾ, ਕਿਵੇਂ ਕਹਿ ਜਾਂਦੇ ਹਾਂ, ਪਤਾ ਨਹੀਂ ਅਸੀਂ ਕਿ ਰੱਬ ਦੇ ਮੂੰਹ ਜਿਹੜੇ ਕੀ ਵਿਗਾੜਿਆ, ਜਾਂ ਮਾਂ ਪੁੱਟੇ ਸੀ ਉਹਦੇ, ਮੇਰੇ ਨਾਲ ਨੇ ਪਤਾ ਨਹੀਂ ਕਿਹੜੇ ਜਨਮਾਂ ਦਾ ਵੈਰ ਕਮਾਇਆ, ਬਦਲਾ ਲਿਆ। ਮਤਲਬ ਅਸੀਂ ਸ਼ਬਦਾਵਲੀ ਕਿਵੇਂ ਜਦੋਂ ਅਪਸੈਟ ਹੁੰਦੇ ਹਾਂ ਤਾਂ ਬਦਲ ਰਾਈਟ ਆਮ ਬਦਲ ਜਿਹੜੀ ਇਹਦੀ ਵਰਤੋਂ ਕਰਦੇ ਹਾਂ। ਤਾਂ ਭਗਤ ਜੀ ਦੀ ਘਰ ਵਾਲੇ ਵੀ ਇਸ ਤਰ੍ਹਾਂ ਕਰਨ ਲੱਗ ਪਏ, ਤਾਂ ਭਗਤ ਜੀ ਨੂੰ ਸਮਝਾਉਂਦੇ ਆ ਕਿ ਨਹੀਂ ਭਗਵਾਨ ਨੇ ਇਸ ਤਰ੍ਹਾਂ ਨਹੀਂ ਕਰੀਦਾ, ਰੱਬ ਨੂੰ ਦੋਸ਼ ਨਹੀਂ ਦੇਈਦਾ ਹੁੰਦਾ, ਦੋਸ਼ ਸਾਡਾ ਆਪਣਾ ਹੁੰਦਾ। ਤਾਂ ਫਿਰ ਉਹਨੂੰ ਦੱਸਦੇ ਆ, ਉਹ ਕਹਿੰਦੇ ਵੀ ਫਿਰ ਉਦਾਹਰਨਾਂ ਦੇ ਕੇ ਵੀ ਦੱਸਦੇ ਆ, ਦੇਖ ਸਾਡਾ ਜਿਹੜਾ ਕਰਮ ਆ ਤੂੰ ਕੀਤਾ ਆ ਉਹਦਾ ਉਹ ਫਲ ਅਵਸ਼ ਦਿੰਦਾ ਜੀ, ਉਹ ਸਾਡਾ ਜਨਮਾਂ ਜਨਮਾਂਤਰ ਤੱਕ ਸਾਡਾ ਸਾਥ ਜਿਹੜਾ ਨਿਭਾਉਂਦਾ। ਉਹ ਫਿਰ ਉਹਨੂੰ ਕਈ ਕਹਿੰਦੀ ਵੀ ਸਾਨੂੰ ਭੋਗਣਾ ਪੈਂਦਾ ਜਾਂ ਆਮ ਬੰਦੇ ਨੂੰ ਜਾਂ ਹੋਰ ਨਾਲ ਵੀ, ਉਹ ਉਦਾਹਰਨਾਂ ਦੇ ਕੇ ਸਮਝਾਉਂਦੇ ਆ। ਅਤੇ ਆਮ ਤੌਰ 'ਤੇ ਜਿਹੜੇ ਸੰਪਰਦਾਇ ਵੀਰ ਆ ਉਹ ਆਮ ਤੌਰ 'ਤੇ ਇਹਦਾ ਸਹਾਰਾ ਲੈਂਦੇ ਆ, ਉਥਾਨਕਾ ਦੇ ਰੂਪ ਵਿੱਚ ਇਹਦੇ ਪੇਸ਼ ਕਰਦੇ ਇਹਨੂੰ, ਲਿਖਤੀ ਵੀ ਜਿਹੜੇ ਉਹਨਾਂ ਟੀਕੇ ਉਹਨਾਂ ਵਿੱਚ ਇਹ ਸਾਖੀ ਮਿਲਦੀ ਆ। ਅੱਛਾ ਜੀ, ਹੁਣ ਅਸੀਂ ਇਹ ਸ਼ਬਦ ਵੱਲ ਆਉਂਦੇ ਹਾਂ। ਇਹਦੀ ਪੰਕਤੀ ਤੁਸੀਂ ਬੋਲੀ ਸੀ ਕਿ ਪੁਰਬ ਲੋਕ ਕਿਰਤ ਕਰਮ ਨਾ ਮਿਟੈ ਰੀ ਕਰ ਗਏ ਹਨ, ਇਹ ਸ਼ਬਦ ਦੀਆਂ ਅਖੀਲੀਆਂ ਪੰਕਤੀਆਂ ਜੀ, ਇਸ ਤੋਂ ਪਹਿਲੀਆਂ ਪੰਕਤੀਆਂ, ਪਹਿਲੀਆਂ ਪੰਕਤੀਆਂ ਹੀ ਰਹਾਉ ਦੀਆਂ ਪੰਕਤੀਆਂ। ਓਕੇ, ਕਿਉਂਕਿ ਨਾਰਾਇਣ ਨਿੰਦ ਸਕਾਈ ਭੁੱਲੀ ਗੁਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ। ਅਰਥ ਸਪਸ਼ਟ ਹੀ ਆ ਕਿ ਨਾਰਾਇਣ ਨਿੰਦ ਸਕਾਈ ਭੁੱਲੀ ਗੁਵਾਰੀ, ਹੇ ਮੂਰਖ ਤੂੰ ਨਾਰਾਇਣ ਨੂੰ ਪ੍ਰਭੂ ਨੂੰ ਕਿਉਂ ਨਿੰਦਦੀ ਹੈ, ਕਿਉਂ ਦੋਸ਼ ਦੇਣੀ ਹੈ। ਜਾਂ ਕਿ ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ, ਦੁਕ੍ਰਿਤ ਮਾੜਾ ਕਰਮ ਪਾਪ, ਸੁਕ੍ਰਿਤ ਚੰਗਾ ਕੰਮ ਨੇਕ ਕੰਮ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ, ਇਹ ਦੁੱਖ ਸੁੱਖ ਸਾਡਾ ਆਪਣਾ ਤੇਰਾ ਆਪਣਾ ਹੀ ਕਰਮ ਆ, ਇਹਦੇ ਕਿਸੇ ਦੀ ਕੋਈ ਦਖਲ ਅੰਦਾਜ਼ੀ ਨਹੀਂ। ਰਾਈਟ, ਜੋ ਤੂੰ ਇਸਦੇ ਦੁੱਖ ਸੁੱਖ ਮਾਣ ਰਹੇ ਹਾਂ, ਜੇ ਅਸੀਂ ਸਿੱਧੇ ਸ਼ਬਦਾਂ 'ਚ ਆਖੀਏ ਜੀ,
ਤੂੰ ਪ੍ਰਾਣੀ ਤੇਰਾ ਆਪਣਾ ਹੀ ਬੀਜਿਆ ਆਇਆ ਪੂਰਵਲੇ ਜਨਮ ਦਾ, ਚਾਹੇ ਉਹ ਚੰਗਾ ਚਾਹੇ ਮਾੜਾ, ਰਾਈਟ, ਉਹ ਤੂੰ ਭੋਗ ਰਿਹਾ ਜੀ। ਪੂਰਵਲੇ ਜਨਮਾਂ ਦਾ ਅਗੇਨ ਫਿਰ ਉਹੀ ਕੋਨਸੈਪਟ ਹੋ ਗਿਆ ਜਿਹੜਾ ਤੁਸੀਂ ਬ੍ਰੇਕ ਤੋਂ ਬਾਅਦ ਤੁਹਾਡੇ ਤੋਂ ਅਸੀਂ ਜਾਣਕਾਰੀ ਲੈਂਦੇ ਹਾਂ, ਕਿਉਂਕਿ ਅਗੇਨ ਸਾਡੇ ਮਨਾਂ 'ਚ ਇੱਕ ਐਸੀ ਗੱਲ ਹੈ, ਜਦੋਂ ਅਸੀਂ ਪੂਰਵਲਾ ਲਫ਼ਜ਼ ਹੀ ਸੁਣਦੇ ਹਾਂ ਤਾਂ ਸਾਡਾ ਮਾਇੰਡ ਜਿਹੜਾ ਹੈਗਾ ਉਹ ਚਲੇ ਜਾਂਦਾ ਕਿ ਜੀ ਪੁਰਾਣੇ ਜਨਮ ਦੇ ਵਿੱਚ, ਪਿਛਲੇ ਜਨਮ ਦੇ ਵਿੱਚ ਜੋ ਕੁਝ ਅਸੀਂ ਕੀਤਾ ਉਸਦਾ ਅਸੀਂ ਫਲ ਭੋਗ ਰਹੇ ਹਾਂ। ਇਸ ਸ਼ਬਦ ਦੇ ਵਿੱਚ ਅੱਗੇ ਭਗਤ ਲੋਚਨ ਜੀ ਕੀ ਕਹਿ ਰਹੇ ਨੇ ਜੀ, ਇਸ ਨੂੰ ਸਮਝਦੇ ਹਾਂ ਇਸ ਬ੍ਰੇਕ ਤੋਂ ਬਾਅਦ ਜੀ। ਜਦ ਵੀ ਤੁਸੀਂ ਨਾਰਥ ਅਮਰੀਕਾ ਦੇ ਸਭ ਤੋਂ ਵੱਡੇ ਕੱਪੜਿਆਂ ਦੇ ਸਟੋਰ ਤੇ ਆਉਂਦੇ ਹੋ ਤਾਂ ਰੋਸ਼ਨ ਅਰੋੜਾ ਤੇ ਸੁਭਾਸ਼ ਚੰਦਰ ਤੁਹਾਡਾ ਖਿੜੇ ਮੱਥੇ ਸਵਾਗਤ ਕਰਦੇ ਹਨ। ਪੰਜਾਬ ਕਲੌਥ ਹਾਊਸ ਵਿੱਚ ਤੁਹਾਨੂੰ ਮਿਲਦੇ ਹਨ ਵਾਜਿਬ ਕੀਮਤਾਂ ਤੇ ਟੌਪ ਕੁਆਲਿਟੀ ਦੇ ਫੈਬਰਿਕਸ ਤੇ ਰੈਡੀਮੇਡ ਗਾਰਮੈਂਟਸ, ਲੇਡੀਜ਼, ਜੈਂਟਸ ਤੇ ਬੱਚਿਆਂ ਦੇ ਕੱਪੜੇ ਭਾਰਤ ਤੋਂ ਇਲਾਵਾ ਜਪਾਨ, ਪਾਕਿਸਤਾਨ, ਕੋਰੀਆ, ਚਾਈਨਾ, ਯੂਰਪ ਤੇ ਇੰਡੋਨੇਸ਼ੀਆ ਤੋਂ ਮੰਗਵਾਉਂਦੇ ਹਨ। ਮਾਲਕਾਂ ਦੇ 4 ਦਹਾਕਿਆਂ ਦੇ ਐਕਸਪੀਰੀਅੰਸ ਦਾ ਫਾਇਦਾ ਲਓ ਤੇ ਉੱਚ ਕੁਆਲਿਟੀ ਦਾ ਸਮਾਨ ਘੱਟ ਘੱਟ ਕੀਮਤਾਂ ਤੇ ਖਰੀਦੋ। ਅੱਜ ਹੀ ਆਓ ਪੰਜਾਬ ਕਲੌਥ ਹਾਊਸ। ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 6045076666। ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸੈਗਮੈਂਟ ਵਿੱਚ। ਭਗਤ ਲੋਚਨ ਜੀ ਦਾ ਇਹ ਜੋ ਸ਼ਬਦ ਹੈ ਇਸ ਦੀ ਵਿਆਖਿਆ ਕਰ ਰਹੇ ਨੇ ਭਾਈ ਜਸਬੀਰ ਸਿੰਘ ਜੀ, ਆਓ ਸ਼ਾਮਿਲ ਹੋਈਏ ਅੱਗੇ ਕੀ ਕਹਿ ਰਹੇ ਨੇ ਭਗਤ ਜੀ ਅਤੇ ਸਾਨੂੰ ਪੂਰਵਲੇ ਕਰਮਾਂ ਦੇ ਸੰਬੰਧ ਵਿੱਚ ਕੀ ਸਮਝਾ ਰਹੇ ਨੇ ਜੀ ਭਾਈ ਸਾਹਿਬ ਜੀ। ਅਸੀਂ ਬ੍ਰੇਕ ਤੋਂ ਪਹਿਲਾਂ ਸ਼ਬਦ ਦੀਆਂ ਰਾਹੋ ਦੀਆਂ ਪੰਕਤੀਆਂ ਵਿਚਾਰ ਰਹੇ ਸੀ ਕਿ ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੇ, ਰਾਈਟ, ਥਾਰੋ ਤੋਂ ਭਾਵ ਤੇਰਾ, ਇਹ ਚੰਗਾ ਮੰਦਾ ਤੇਰਾ ਆਪਣਾ ਹੀ ਬੀਜਿਆ ਆਇਆ ਜੋ ਤੂੰ ਭੋਗ ਰਿਹਾ। ਇੱਥੇ ਆਮ ਤੌਰ 'ਤੇ ਜਿਹੜਾ ਭਾਵ ਲੈਂਦੇ ਆ ਕਿ ਉਹ ਆਪਣੀ ਇਸਤਰੀ ਨੂੰ ਕਹਿ ਰਹੇ ਆ, ਗੁਰਬਾਣੀ ਵਿੱਚ ਬਹੁਤ ਥਾਂ ਜਿਹੜਾ ਉਹ ਆਪਣੇ ਆਪ ਨੂੰ ਸੰਬੋਧਨ ਕੀਤਾ ਗਿਆ ਇਸ ਰੂਪ ਵਿੱਚ ਜੀ, ਕਿਤੇ ਮਨ ਨੂੰ ਸੰਬੋਧਨ ਕੀਤਾ, ਕਿਤੇ ਜਿੰਦ ਨੂੰ ਸੰਬੋਧਨ ਕੀਤਾ ਆ, ਰਾਈਟ। ਅਤੇ ਇੱਥੇ ਵੀ ਜਿਹੜੇ ਆ ਈਵਨ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਵੀ ਜਦੋਂ ਉਹ ਜਿੰਦ ਨੂੰ ਹੀ ਸੰਬੋਧਨ ਕਰਦਾ ਦਰਸਾਇਆ ਆ ਇੱਥੇ, ਨਾ ਕਿ ਇਸਤਰੀ ਨੂੰ। ਜੇ ਮੰਨ ਲਓ ਅਸੀਂ ਇਸਤਰੀ ਨੂੰ ਵੀ ਜੇ ਅਸੀਂ ਉਹਨਾਂ ਵੀਰਾਂ ਨਾਲ ਸਹਿਮਤ ਹੋ ਕੇ ਇਹ ਗੱਲ ਮੰਨ ਵੀ ਲਈਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਜ਼ਿਆਦਾ, ਜੇ ਉਹਨਾਂ ਵੀ ਕੀਤਾ ਤਾਂ ਕੋਈ ਫਰਕ ਨਹੀਂ। ਗੱਲ ਮੇਨ ਸੰਦੇਸ਼ ਦੀ ਆ ਕਿ ਸੰਦੇਸ਼ ਕੀ ਆ, ਕਿਉਂਕਿ ਜਿਹੜਾ ਕਰਮ ਫਿਲਾਸਫੀ ਮੰਨਣ ਵਾਲੇ ਉਹਨਾਂ ਨੇ ਜੋ ਪ੍ਰਚਲਿਤ ਸੀ ਜੀ, ਕਰਮ ਫਿਲਾਸਫੀ ਗੁਰਮਤਿ ਵੀ ਮੰਨਦੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ, ਪਰ ਜਿਹੜੀ ਗੁਰਮਤਿ ਪ੍ਰਕਾਸ਼ ਤੋਂ ਪਹਿਲਾਂ ਜਿਸ ਰੂਪ ਵਿੱਚ ਪ੍ਰਚਲਿਤ ਸੀ ਜਾਂ ਅੱਜ ਵੀ ਉਹਨਾਂ ਲੋਕਾਂ ਵਿੱਚ ਪ੍ਰਚਲਿਤ ਆ, ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਉਸ ਨੂੰ ਉਸ ਰੂਪ ਵਿੱਚ ਸਵੀਕਾਰ ਨਹੀਂ ਕਰਦਾ। ਠੀਕ, ਖੈਰ ਅਸੀਂ ਇਸ ਵੇਲੇ ਇਹ ਚਰਚਾ ਨਹੀਂ ਕਰ ਰਹੇ, ਪਰ ਜੋ ਪ੍ਰਚਲਿਤ ਧਾਰਨਾ ਅਸੀਂ ਕੇਵਲ ਉਹਦੇ ਤੱਕ ਹੀ ਸੀਮਤ ਹਾਂ, ਰਾਈਟ। ਜਿਹੜੇ ਖਾਸ ਤੌਰ 'ਤੇ ਸੰਸਕ੍ਰਿਤ ਦੇ ਪੁਰਾਣੇ ਵਿਦਵਾਨ ਹੋਏ ਆ ਉਹਨਾਂ ਨੇ 3 ਤਰ੍ਹਾਂ ਦੇ ਕਰਮ ਮੰਨੇ ਆ ਜੀ, ਕਰਮ ਜਿਹੜੇ ਜਿਹੜੇ ਭਾਗ ਨਾਲ ਜੁੜੇ ਹੋਏ ਆ। ਓਕੇ, ਜਿਹੜੇ ਪਹਿਲੇ ਉਹ ਕਿਰਿਆਮਾਨ ਕਰਮ ਆ, ਕਿਰਿਆਮਾਨ ਕਰਮ ਜੋ ਅਸੀਂ ਹੁਣ ਕਰ ਰਹੇ ਹਾਂ ਜੀ, ਇਹਨਾਂ ਨੂੰ ਅੱਗੇ ਉਹਨਾਂ ਦੋਵਾਂ ਭਾਗਾਂ ਵਿੱਚ ਵੰਡਿਆ ਆ ਕਿ ਨਿੱਤ ਜਿਹੜੇ ਅਸੀਂ ਨਿੱਤ ਕਰਦੇ ਹਾਂ ਜਿਵੇਂ ਰੋਜ਼ਾਨਾ ਪਾਠ ਪੂਜਾ ਕਰਨਾ, ਜਾਣਾ, ਔਰ ਦੂਜੇ ਨਮੈਤਕ ਹੈਗੇ ਆ ਜੀ ਜਿਹੜੇ ਅਸੀਂ ਕਦੇ ਕਦਾਈ ਕਰਦੇ ਹਾਂ ਖਾਸ ਮੌਕਿਆਂ 'ਤੇ, ਜਿਵੇਂ ਮਰਨੇ ਪਰਨੇ 'ਤੇ ਜਾਂ ਦਾਨ ਪੁੰਨ ਕਰ ਲਿਆ ਜਾਂ ਹੋਰ ਕੋਈ ਵਿਸ਼ੇਸ਼ ਵਿਧੀ ਨਾਲ ਪਾਠ ਪੂਜਾ ਕਰਾ ਲਿਆ, ਇਹ ਨਮੈਤਕ ਇਹ ਕਿਰਿਆਮਾਨ ਜਿਹੜੇ ਆ ਜਾਂਦੇ ਆ ਜੀ। ਦੂਜੇ ਜਿਹੜੇ ਹੈਗੇ ਆ ਉਹ ਜਿਹੜੇ ਸਾਡੇ ਪ੍ਰਾਰਬਧ ਹੈਗੇ ਆ ਜਿਹਦੇ ਕਾਰਨ ਸਾਨੂੰ ਹੁਣ ਜਿਹੜਾ ਮਨੁੱਖਾ ਜਨਮ ਮਿਲਿਆ ਜੀ, ਅਸੀਂ ਉਹ ਜਿਹੜਾ ਭੋਗ ਰਹੇ ਹਾਂ। ਓਕੇ, ਤੀਜੇ ਸੰਚਿਤ ਕਰਮ, ਸੰਚਿਤ ਕਰਮ ਉਹਨੂੰ ਕਿਹਾ ਆ ਪਰ ਜਿਹੜੇ ਪਿਛਲੇ ਜਨਮਾਂ ਦੇ ਆ ਪਰ ਅਜੇ ਉਹਨਾਂ ਦਾ ਪੂਰੀ ਤਰ੍ਹਾਂ ਫਲ ਅਜੇ ਨਹੀਂ ਭੋਗਿਆ, ਜੇ ਬੈਲੈਂਸ ਸਾਡੇ ਕੋਲ ਬਚਿਆ ਆ। ਓਕੇ, ਉਹ ਜ਼ਰੂਰੀ ਨਹੀਂ ਕਿ ਅਸੀਂ ਜਿਹੜਾ ਉਹ ਇਸ ਜਨਮ ਵਿੱਚ ਹੀ ਭੋਗਾਂਗੇ, ਉਸ ਅਗਲੇ ਜਨਮ ਮਿਲੇ ਭੋਗੀਏ, ਬਸ ਸਾਰੇ ਜਿਹੜੇ ਪਿਛਲੇ ਸਾਡੇ ਕਰਮ ਜਿਹੜੇ ਆ ਜੀ ਅਸੀਂ ਇਸ ਜਨਮ ਵਿੱਚ ਸਾਰੇ ਉਹਨਾਂ ਦਾ ਦੁੱਖ ਜਾਂ ਸੁੱਖ ਜਿਹੜਾ ਉਹ ਨਹੀਂ ਮਾਣਦੇ। ਹਾਂ, ਕੁਝ ਕੁ ਨੂੰ ਅਸੀਂ ਮਾਣਦੇ ਹਾਂ ਪਰ ਕੁਝ ਜਿਹੜੇ ਉਹ ਬਚੇ ਰਹਿੰਦੇ ਆ, ਰਾਈਟ। ਇਹ ਉਹਨਾਂ ਦਾ ਵਿਸ਼ਵਾਸ ਬਣਿਆ ਆ, ਠੀਕ, ਕਰਮ ਫਿਲਾਸਫੀ ਮੰਨਣ ਵਾਲਿਆਂ ਦਾ ਇਹ ਬਿਲੀਫ ਸਿਸਟਮ ਆ। ਇੱਥੇ ਵੀ ਜਦੋਂ ਇਹ ਸ਼ਬਦ ਜਿਹੜਾ ਇਹ ਸ਼ਬਦ ਨੂੰ ਵੀ ਪੂਰਵਲੇ ਕਰਮ ਨਾਲ ਜੁੜ ਕੇ ਦੇਖਿਆ ਗਿਆ ਆ, ਪ੍ਰਾਰਬਧ ਕਹਿ ਲਈਏ ਜਾਂ ਸੰਚਿਤ ਕਹਿ ਲਈਏ, ਕਿ ਉਹਦੇ ਕਾਰਨ ਹੀ ਸਾਨੂੰ ਦੁੱਖ ਸੁੱਖ ਵਿਆਪ ਰਹੇ ਆ ਜੀ। ਔਰ ਫਿਰ ਨਾਲ ਭਗਤ ਜੀ ਦੇ ਜਿਹੜੀ ਪੰਕਤੀ ਤੁਸੀਂ ਬੋਲੀ ਸੀ ਸ਼ੁਰੂ ਵਿੱਚ ਕਿ ਪੂਰਵਲੋ ਕਰਮ ਕ੍ਰਿਤ ਨਾ ਮਿਟਿਆ ਰੀਹ ਕਰ ਗਏ ਹਨ, ਕਿ ਜਿਹੜੇ ਪੂਰਵਲੀ ਕ੍ਰਿਤ ਹੈਗੀ ਆ ਉਹ ਮਿਟਦੀ ਨਹੀਂ। ਓਕੇ, ਪਰ ਜੋ ਅਸੀਂ ਕਰਮ ਕੀਤਾ ਆ ਉਹਦਾ ਫਲ ਸਾਨੂੰ ਭੋਗਣਾ ਹੀ ਪੈਂਦਾ, ਚਾਹੇ ਉਹ ਚੰਗਾ ਚਾਹੇ ਮਾੜਾ। ਮੈਂ ਕਈ ਵਾਰ ਕਈ ਵੀਰ ਭੈਣ ਜਿਹੜੇ ਆ ਉਹ ਅੱਧੀ ਗੱਲ ਫੜ ਲੈਂਦੇ ਆ, ਪੂਰੀ ਨਹੀਂ ਸੁਣਦੇ, ਕਿਉਂਕਿ ਉਹਨਾਂ ਗਲਤ ਸਮਝ ਲੈਂਦੇ ਜਾਂ ਗਲਤ ਸੁਨੇਹਾ ਚਲਾ ਜਾਂਦਾ ਜੀ,
ਇਸ ਲਈ ਮੈਂ ਸ਼ਬਦ ਫਿਰ ਦੁਹਰਾ ਦੇਵਾਂ ਇਹ ਕਿ ਅਸੀਂ ਜਿਹੜੀ ਚਰਚਾ ਕਰ ਰਹੇ ਹਾਂ ਇੱਥੋਂ ਤੱਕ ਜੋ ਕੀਤੀ ਆ, ਇਹ ਜੋ ਪ੍ਰਚਲਿਤ ਵਿਸ਼ਵਾਸ ਆ, ਮਤਲਬ ਗੁਰਮਤ ਦਾ ਫਲਸਫਾ ਨਹੀਂ ਇਹ, ਗੁਰਬਾਣੀ ਇਸ ਚੀਜ਼ ਨੂੰ ਇਸ ਰੂਪ ਵਿੱਚ ਨਹੀਂ ਮੰਨਦੀ। ਹਾਂ, ਗੁਰਬਾਣੀ ਦਾ ਵਿਸ਼ਵਾਸ ਆਪਣਾ ਕਰੋ ਫਲਸਫੇ ਦੀ ਜੀ, ਪਰ ਹੂਬਹੂ ਗੁਰਬਾਣੀ ਨੇ ਇਸ ਫਲਸਫੇ ਨੂੰ ਇਸ ਰੂਪ ਵਿੱਚ ਨਹੀਂ ਮੰਨਿਆ ਜੀ। ਜੇ ਅਸੀਂ ਇੱਥੋਂ ਹੀ ਗੱਲ ਤੋਰੀਏ ਮੰਨ ਲਓ ਫਿਰ ਕਿ ਪੂਰਬਲੋ ਕ੍ਰਿਤ ਕਰਮ ਨਾ ਮਿਟਿਆ ਰੀ ਕਰ ਗਏ ਹਨ, ਕਿ ਪੂਰਬਲਾ ਕਰਮ ਨਹੀਂ ਮਿਟਦਾ। ਰਾਈਟ, ਪਰ ਗੁਰਬਾਣੀ ਵੀ ਤਾਂ ਦੱਸਿਆ ਆ ਕਿ ਜਿਹੜੀ ਸਾਡੀ ਪਹਿਲੀ ਕਿਰਤ ਆ, ਜੇ ਅਸੀਂ ਉਸੇ ਭਾਵ 'ਚ ਲੈ ਕੇ ਕਰੀਏ, ਗੁਰੂ ਸਾਹਿਬ ਕਹਿੰਦੇ ਆ ਕਿ ਗੁਰ ਕਾ ਸ਼ਬਦ ਕਾਟ ਆ ਕੋਟ ਕਰਮ, ਕਰੋੜਾਂ ਜਿਹੜੇ ਸਾਡੇ ਕਰਮ ਆ ਜਿਹੜੇ ਉਹਨਾਂ ਦੇ ਮਨ ਸੰਸਕਾਰ ਮਿਟਾ ਦਿੰਦਾ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ। ਹੋ ਸਕਦਾ ਕੋਈ 20 ਰੁਪਿਆਣੇ ਲੈ ਲਵੇ ਜੇ ਅਸੀਂ ਹੁਣ ਕਰਦੇ ਹਾਂ, ਚਲੋ ਮੰਨ ਕੇ ਤੁਰਦੇ ਹਾਂ, ਪਰ ਗੁਰੂ ਸਾਹਿਬ ਫਿਰ ਜਨਮਾਂ ਜਨਮਾਂਤਰਾਂ ਦੀ ਗੱਲ ਕਰਦੇ ਆ ਕਿ ਜਨਮ ਜਨਮ ਕੇ ਪਾਪ ਕਰਮ ਕੇ ਕਾਟਣਾ ਹਰਾ ਲਈ ਜਾ ਰਹੇ, ਕਿ ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਹੈਗੇ ਆ, ਕੋਈ ਕਰਮ ਹੈਗੇ ਆ, ਉਹਨਾਂ ਨੂੰ ਜਿਹੜਾ ਕੱਟਣ ਹਾਰ ਆ ਉਹਨੂੰ ਸਿਮਰ। ਜੇ ਅਸੀਂ ਇਸ ਸ਼ਬਦ ਦੇ ਜਿਹੜੇ 20 ਰੁਪਏ ਨੇ ਇਹ ਭਾਵ ਲੈਂਦੇ ਆ, ਸਮਝਦੇ ਆ ਕਿ ਭਗਤ ਜੀ ਇੱਥੇ ਉਹੀ ਗੱਲ ਆਖ ਰਹੀ ਆ ਜੋ ਮੰਨੀ ਜਾ ਰਹੀ ਸੀ ਜੀ, ਕਿ ਪੂਰਬਲੋ ਕ੍ਰਿਤ ਜਿਹੜੀ ਉਹ ਮਿਟਦੀ ਨਹੀਂ, ਤਾਂ ਫਿਰ ਇਹ ਗੁਰਬਾਣੀ ਦਾ ਸ਼ਬਦ ਆ ਜੇ ਤੁਸੀਂ ਪਹਿਲਾਂ ਮੈਨਸ਼ਨ ਕੀਤਾ ਕਿ 695 'ਤੇ ਇਹ ਸ਼ਬਦ ਅੰਕਿਤ ਆ ਜੀ, ਤਾਂ ਫਿਰ ਤਾਂ ਗੁਰਬਾਣੀ 'ਚ ਗੁਰੂ ਸਾਹਿਬ ਨੇ ਕਿਤੇ ਕਹਿ ਦਿੱਤਾ ਕਿ ਕਰਮ ਜਿਹੜੇ ਆ ਉਹ ਅਮਿਟ ਆ, ਉਹਨਾਂ ਦਾ ਫਲ ਭੋਗਣਾ ਹੀ ਪੈਂਦਾ। ਵੀ ਕਿਤੇ ਆਖਿਆ ਨਹੀਂ ਰੱਬ ਜਿਹੜਾ ਉਹਦੇ ਨਾਲ ਜੁੜਿਆ ਇਹ ਕਰਮ ਜਿਹੜੇ ਆ ਇਹ ਮਿਟ ਜਾਂਦੇ ਆ, ਜਿੰਦ ਪ੍ਰਵਾਹ ਤੋਂ ਮੁਕਤ ਹੋ ਜਾਈਦਾ, ਪਰ ਐਸਾ ਤਾਂ ਨਹੀਂ। ਗੁਰਬਾਣੀ ਦਾ ਸੱਚ ਇੱਕ ਹੀ ਆ, ਦੋ ਤਿੰਨ ਜਾਂ ਚਾਰ ਨਹੀਂ ਜੀ। ਤੋ ਅਸੀਂ ਸ਼ਬਦ ਵੱਲ ਆਉਂਦੇ ਹਾਂ ਮੁੜ ਕੇ, ਜਿਹੜੀਆਂ ਪਹਿਲੀਆਂ ਪੰਕਤੀਆਂ ਕਿ ਨਾਰਾਇਣ ਨਿੰਦ ਸਕਾਏ ਭੁੱਲੀ ਗੁਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ, ਠੀਕ ਤੇਰਾ ਆਪਣਾ ਕਰਮ ਆ ਦੁੱਖ ਸੁੱਖ ਜਿਹੜਾ ਮਾਣਦੇ। ਅਸੀਂ ਸਾਖੀ ਨੂੰ ਛੱਡ ਦਿੰਦੇ ਹਾਂ ਕਿਉਂਕਿ ਉਹਨਾਂ ਨੇ ਜਿਹੜੀ ਅੱਗੇ ਸੰਪਰਦਾਇ ਵੀਰਾਂ ਨੇ ਰਾਈਟ ਵਿਦਵਾਨਾਂ ਨੇ ਉਹਨਾਂ ਨੇ ਫਿਰ ਇਸ ਸਾਖੀ ਦੇ ਆਧਾਰ 'ਤੇ ਅੱਗੇ ਪ੍ਰਸ਼ਨ ਉੱਤਰ ਜਿਹੜੇ ਆ ਉਹ ਕਰਾਏ ਹੋਏ ਆ। ਰਾਈਟ, ਕਿ ਭਗਤ ਜੀ ਦੀ ਕਾਰਵਾਲੀ ਪੁੱਛਦੀ ਆ, ਫਿਰ ਭਗਤ ਜੀ ਉਹਦੇ ਉੱਤਰ ਵਿੱਚ ਕਹਿੰਦੇ ਆ, ਇਸ ਕਰਕੇ ਉਹਨੂੰ ਉਹਦਾ ਹੁਣ ਸਹਾਰਾ ਨਹੀਂ ਲੈਂਦੇ ਜੀ, ਕਿਉਂਕਿ ਸਾਡਾ ਮਕਸਦ ਇੰਨਾ ਸੀ ਕਿ ਪ੍ਰਚਲਿਤ ਆ ਜਿਹੜੇ ਸਾਡੇ ਸੰਪਰਦਾਇ ਵਿਦਵਾਨ ਸੱਜਣ ਆ ਉਹ ਇਹਨੂੰ ਇਸ ਰੂਪ 'ਚ ਲੈਂਦੇ ਆ। ਰਾਈਟ, ਪਰ ਅਸੀਂ ਉਹ ਹੁਣ ਉਹਨੂੰ ਛੱਡ ਕੇ ਅਸੀਂ ਸ਼ਬਦ ਵੱਲ ਸਿੱਧਾ ਆਉਂਦੇ ਹਾਂ। ਅਗਲੀਆਂ ਪੰਕਤੀਆਂ, ਸ਼ੰਕਰਾ ਮਸਤਕ ਬਸਤਾ ਸੁਰ ਸੁਰੀ ਇਸ਼ਨ ਰਾਮ ਇਸ਼ਨਾਨ ਰੇ, ਓਕੇ ਕੁਲਜਨ ਮਧੇ ਮਿਲਿਓ ਸਾਰੰਗ ਪਾਨ ਰੇ, ਕਰਮ ਕਰ ਕਲੰਕ ਮਫੀਟ ਸ੍ਰੀ। ਇਹ ਪਹਿਲਾ ਸ਼ਬਦ ਆ ਪਦਾ ਜੀ, ਸ਼ੰਕਰਾ ਮਸਤਕ ਬਸਤਾ, ਪੁਰਾਣਾ ਦਾ ਵਿਸ਼ਵਾਸ ਆ, ਪੁਰਾਣਾ ਦੀ ਕਥਾ, ਪੁਰਾਣਾ ਵਿੱਚ ਇਤਿਹਾਸ ਨਹੀਂ ਜੀ, ਮਿਥਿਹਾਸ ਹੈ, ਮਿਥਿਹਾਸ ਆ। ਜਾਂ ਇਹ ਜਾ ਕੇ ਉਹਨਾਂ ਨੇ ਜਿਹੜਾ ਚਿਨਾਤਮ ਸ਼ਬਦਾਵਲੀ ਦੀ ਪ੍ਰਤੀਕਮੀ ਸ਼ਬਦਾਵਲੀ ਵਰਤੋਂ ਕਰਦੇ ਆ ਕੋਈ ਸੱਚ ਸਮਝਾਇਆ ਹੋਇਆ, ਪਰ ਉਹਨਾਂ ਨੂੰ ਜਿਹੜਾ ਉਹਨਾਂ ਨੇ ਅੱਖਰੀ ਅਰਥ ਲੈਣ ਕਰਕੇ ਕਈ ਵਾਰਾਂ ਜਿਹੜੀਆਂ ਉਹ ਸਮੱਸਿਆ ਆ ਜਾਂਦੀਆਂ। ਰਾਈਟ, ਵਿਦਵਾਨਾਂ ਦਾ ਘਰ ਇਸ ਬਾਰੇ ਮਤਭੇਦ ਆ ਜੀ, ਕੁਝ ਪੁਰਾਣਾ ਨੂੰ ਬਿਲਕੁਲ ਇਤਿਹਾਸ ਮੰਨਦੇ ਆ, ਕੁਝ ਜਿਹੜੇ ਉਹਨਾਂ ਨੂੰ ਪ੍ਰਤੀਕਮਈ ਮੰਨਦੇ ਆ ਜੀ, ਕਿ ਉਹਨਾਂ ਨੇ ਜਾਂ ਚਿਤਰਾਤਮਕ ਸ਼ਬਦਾਵਲੀ ਰਾਹੀਂ ਜੋ ਆਮ ਮਨੁੱਖ ਦੀ ਪਕੜ ਵਿੱਚ ਆਉਂਦੀ ਸੀ ਉਸ ਸ਼ਬਦ ਦੀ ਵਰਤੋਂ ਕਰਕੇ ਉਹਨਾਂ ਨੂੰ ਸੱਚ ਸਮਝਾਇਆ। ਵਿਦਵਾਨਾਂ 'ਚ ਖੈਰ ਇਹਨਾਂ ਗੱਲਾਂ ਲੈ ਕੇ ਮਤਭੇਦ ਆ ਜੀ, ਅਸੀਂ ਕਹਿ ਇਸ ਵਾਦ ਵਿਵਾਦ 'ਚ ਨਾ ਪੈਂਦੇ ਹੋਏ ਕਿ ਇਹ ਪ੍ਰਤੀਕ ਆ ਜਾਂ ਇਤਿਹਾਸ ਆ ਜਾਂ ਮਿਥਿਹਾਸ ਆ। ਰਾਈਟ, ਇਹ ਅਸੀਂ ਜਿਹੜੇ ਸੁਣਨ ਵਾਲੇ ਵੀਰ ਭੈਣ ਪ੍ਰੋਗਰਾਮ ਸੁਣ ਰਹੇ ਆ, ਅਸੀਂ ਉਹਨਾਂ 'ਤੇ ਛੱਡ ਰਹੇ ਹਾਂ ਕਿ ਉਹ ਖੁਦ ਨਿਰਾਕਰ। ਰਾਈਟ, ਸਾਨੂੰ ਕੋਈ ਭੁਲੇਖਾ ਨਹੀਂ, ਸਾਨੂੰ ਗੁਰਬਾਣੀ ਦੇ ਸੱਚ ਬਾਰੇ ਕੋਈ ਪਰਮ ਭੁਲੇਖਾ ਨਹੀਂ, ਉਹ ਬੜਾ ਸਪਸ਼ਟ ਆ। ਰਾਈਟ, ਮੈਨੂੰ ਕੋਈ ਕਨਫਿਊਜ਼ਨ ਨਹੀਂ, ਪਰ ਕਿਉਂਕਿ ਮੈਂ ਜੋ ਆਪਣਾ ਜੋ ਵਿਚਾਰ ਆ ਮੈਂ ਥੋਪਣਾ ਨਹੀਂ ਚਾਹੁੰਦਾ। ਰਾਈਟ, ਇਸ ਲਈ ਮੈਂ ਕੋਈ ਇਹਦੇ ਉੱਤੇ ਟੀਕਾ ਟਿੱਪਣੀ ਨਹੀਂ ਕਰ ਰਿਹਾ ਕਿ ਇਹ ਮਿਥਿਹਾਸ ਆ, ਇਤਿਹਾਸ ਆ ਜਾਂ ਪ੍ਰਤੀਕ ਆ। ਰਾਈਟ, ਇਹ ਹਾਂ ਜਿਹੜੇ ਪ੍ਰੋਗਰਾਮ ਸੁਣ ਰਹੇ ਆ ਵੀਰ ਭੈਣ, ਇਹ ਹੁਣ ਖੁਦ ਅੰਦਾਜ਼ਾ ਲਾਉਣ ਜੀ, ਜਾਂ ਜਿਹੜੇ ਬਜ਼ਿੱਦ ਆ ਕਿ ਇਹ ਇਸੇ ਤਰ੍ਹਾਂ ਹੀ ਆ ਜਿਹਨਾਂ ਦਾ ਜਿਹਨਾਂ ਵੀਰਾਂ ਭੈਣਾਂ ਦਾ ਇਹ ਤਰਕ ਆ ਕਿ ਗੁਰਬਾਣੀ ਵਿੱਚ ਜੋ ਲਿਖਿਆ ਹੋਇਆ ਉਹ ਸੱਚ ਆ ਜੀ, ਕੋਈ ਮੇਰੀ ਇਸ ਗੱਲ ਨੂੰ ਗਲਤ ਨਾ ਲੈ ਲਵੇ, ਕਿ ਜਿਹਨਾਂ ਦਾ ਭਾਵ ਆ ਗੁਰਬਾਣੀ ਵਿੱਚ ਜਿਸ ਵੀ ਰੂਪ ਵਿੱਚ ਗੱਲ ਕੀਤੀ ਹੋਈ ਆ ਉਹ ਸੱਚ ਆ। ਰਾਈਟ, ਤਾਂ ਉਹ ਜ਼ਰੂਰ ਵੀਰ ਭੈਣ ਧਿਆਨ ਨਾਲ ਨੂੰ ਸੁਣਨ ਜਾਂ ਇਹਨਾਂ ਸ਼ਬਦ ਨੂੰ ਪੜ੍ਹਨ ਜੀ, ਜ਼ਰੂਰ ਨਹੀਂ ਕਿ ਮੈਨੂੰ ਸੁਣਨ ਜੀ, ਪਰ ਉਹ ਖੁਦ ਪੜ੍ਹ ਕੇ ਰਾਈਟ ਫਿਰ ਉਹ ਦੱਸਣ, ਉਹ ਫਿਰ ਕੰਪੇਅਰ ਕਰਕੇ ਦੇਖਣ ਗੁਰਬਾਣੀ ਦੇ ਦੂਜੇ ਜਿਹੜੇ ਸ਼ਬਦ ਆ ਕਿਤੇ ਇਹ ਆਪਰ ਵਿਰੋਧ ਨਹੀਂ ਹੋ ਰਿਹਾ, ਸਵ ਵਿਰੋਧ ਨਹੀਂ ਆ ਰਿਹਾ, ਜਾਂ ਅੱਜ ਉਹ ਹਿਕਤੇ ਥਾਪੜ ਕੇ ਹੱਥ ਮਾਰ ਕੇ ਕਹਿ ਸਕਦੇ ਆ ਕਿ ਠੀਕ ਆ ਗੁਰਬਾਣੀ 'ਚ ਲਿਖਿਆ ਇਹ ਸੱਚ ਆ ਜੀ, ਇਹ ਜ਼ਰੂਰ ਸੋਚਣੇ, ਮੈਂ ਜ਼ਰੂਰ ਬੇਨਤੀ ਕਰਨਾ ਚਾਹੁੰਦਾ। ਸ਼ੰਕਰਾ ਮਸਤਕ ਬਸਤਾ,
ਰਾਈਟ ਸ਼ੰਕਰ ਤੋਂ ਭਾਵ ਸ਼ਿਵ ਜੀ ਓਕੇ ਸ਼ੰਕਰਾ ਮਸਤਕ ਬਸਤਾ ਚੰਦਰਮਾ ਬਾਰੇ ਜੀ ਇਹ ਉਹਨਾਂ ਪੁਰਾਣਾਂ ਦੀ ਧਾਰਨਾ ਕਿ ਚੰਦਰਮਾ ਦਾ ਨਿਵਾਸ ਸ਼ਿਵਜੀ ਦੇ ਮੱਥੇ 'ਤੇ ਆ ਓਕੇ ਚੰਦ ਸ਼ੰਕਰਾ ਮਸਤਕ ਬਸਤਾ ਸੁਰਸੁਰੀ ਇਸ਼ਨਾਰ ਰੇ ਸੁਰਸੁਰੀ ਤੋਂ ਭਾਵ ਗੰਗਾ ਓਕੇ ਗੰਗਾ ਜਿਹੜੀ ਨਦੀ ਪਵਿੱਤਰ ਨਦੀ ਆ ਜੀ ਹਿੰਦੂ ਵੀਰਾਂ ਦਾ ਇਸ ਬਾਰੇ ਬੜਾ ਵਿਸ਼ਵਾਸ ਆ ਔਰ ਇੱਥੋਂ ਤੱਕ ਵੀ ਜਿਹੜਾ ਉਹ ਲਿਖਿਆ ਆ ਕਿ ਜਿਹੜਾ ਕੇਵਲ ਸ਼ਰਧਾ ਭਾਵ ਨਾਲ ਗੰਗਾ ਨੂੰ ਦੇਖ ਲਵੇ ਤਾਂ 100 ਜਨਮਾਂ ਦੇ ਪਾਪਾਂ ਤੋਂ ਮੁਕਤ ਹੋ ਜਾਂਦਾ ਜਿਹੜਾ ਉਹਦੇ ਵਿੱਚ ਇਸ਼ਨਾਨ ਕਰ ਲੈਂਦਾ ਜੀ ਉਹਦੇ 200 ਜਨਮ ਜਿਹੜੇ ਆ ਪਾਪਾਂ ਜਨਮਾਂ ਦੇ ਪਾਪ ਤੋਂ ਮੁਕਤ ਹੋ ਜਾਂਦਾ ਜਿਹੜਾ ਪਾਣੀ ਪੀ ਲੈਂਦਾ ਸਰ ਜੀ ਉਹ 200 ਜਨਮ ਜਿਹੜੇ ਆ ਰਾਈਟ ਉਹ ਜਿਹੜਾ ਇਸ਼ਨਾਨ ਕਰ ਲੈਂਦਾ ਸ਼ਰਧਾ ਭਾਵ ਨਾਲ ਉਹਦਾ ਹਜ਼ਾਰ ਜਨਮਾਂ ਦੇ ਪਾਪ ਜਿਹੜੇ ਆ ਮਿਟ ਜਾਂਦੇ ਆ ਅੱਛਾ ਜੀ ਉਹਨਾਂ ਦਾ ਵਿਸ਼ਵਾਸ ਆ ਰਾਈਟ ਜਾਂ ਜਿਨ੍ਹਾਂ ਨੇ ਇਸ ਰੂਪ 'ਚ ਆਖਿਆ ਉਹਨਾਂ ਨੇ ਸ਼ਾਇਦ ਕੋਈ ਐਸਾ ਪੱਕ ਰੱਖ ਕੇ ਆਖਿਆ ਹੋਵੇ ਤਾਂ ਅਸੀਂ ਇਸ ਬਾਅਦ ਵਿਵਾਦ 'ਚ ਅਸੀਂ ਨਹੀਂ ਕਹਿ ਰਹੇ ਪਰ ਅਸੀਂ ਜਿਹੜਾ ਪ੍ਰਚਲਿਤ ਜੋ ਸੋਚ ਆ ਧਾਰਨਾ ਕਿ ਉਹਦੇ ਵੱਲ ਇਸ਼ਾਰਾ ਕਰ ਰਹੇ ਹਾਂ ਕਿ ਉਹ ਪਵਿੱਤਰ ਨਦੀਆਂ ਵਿੱਚੋਂ ਇੱਕ ਉਹਨਾਂ ਦੀ ਸ਼੍ਰੋਮਣੀ ਪਵਿੱਤਰ ਨਦੀ ਅੱਜ ਵੀ ਮੰਨੀ ਜਾਂਦੀ ਆ ਰਾਈਟ ਇਹ ਮੰਨਿਆ ਜਾਂਦਾ ਕਿ ਉਹ ਸ਼ਿਵਜੀ ਦੀ ਜੱਟਾਂ ਵਿੱਚੋਂ ਨਿਕਲੀ ਆ ਅੱਜ ਵੀ ਪੁਰਾਣਾਂ ਦੇ ਵਿੱਚ ਪੜ੍ਹਿਆ ਜਾ ਸਕਦਾ ਰਾਈਟ ਤੋ ਭਗਤ ਜੀ ਕਹਿ ਰਹੇ ਆ ਕਿ ਜਿਹੜਾ ਚੰਦਰਮਾ ਇਹ ਸ਼ਿਵਜੀ ਦੇ ਮੱਥੇ ਉੱਤੇ ਵਸ ਰਿਹਾ ਦਾ ਨਿਵਾਸ ਆ ਜੀ ਗੰਗਾ ਸ਼ਿਵਜੀ ਦੀ ਜੱਟਾਂ ਵਿੱਚੋਂ ਨਿਕਲ ਰਹੀ ਆ ਇਸ ਕਰਕੇ ਜਿਹੜਾ ਉਹ ਨਿੱਤ ਇਸ਼ਨਾਨ ਸੁਭਾਵਕ ਆ ਕਿ ਚੰਦਰਮਾ ਦਾ ਨਿੱਤ ਇਸ਼ਨਾਨ ਹੋ ਰਿਹਾ ਰਾਈਟ ਸੰਕਰਾ ਮਸਤਕ ਬਸਦਾ ਸੁਰਸੁਰੀ ਇਸ਼ਨਾਨ ਰੇ ਕੁਲ ਜਨ ਮੱਧੇ ਮਿਲਿਓ ਸਾਰੰਗ ਪਾਨ ਰੇ ਔਰ ਫਿਰ ਚੰਦਰਮਾ ਜਿਹੜੇ ਕ੍ਰਿਸ਼ਨ ਜੀ ਸੀ ਜੀ ਉਹ ਚੰਦਰਮ ਵਸੀ ਸੀਗੇ ਚੰਦਰਮਾ ਦੀ ਕੁਲ ਵਿੱਚੋਂ ਸੀਗੇ ਤੋ ਕਹਿੰਦੇ ਵਿਸ਼ਨੂੰ ਜਿਹੜੇ ਆ ਉਹ ਚੰਦਰ ਵੰਸੀ ਕੁਵਾਏ ਕ੍ਰਿਸ਼ਨ ਦੇ ਰੂਪ ਵਿੱਚ ਉਹਨਾਂ ਨੇ ਜਨਮ ਲੈ ਕੇ ਉਹਨਾਂ ਦੀ ਕੁਲ ਵਿੱਚ ਜਨਮ ਲਿਆ ਪਰ ਕਹਿੰਦੇ ਕਰਮ ਕਰ ਕਲੰਕ ਮਫੀ ਤਸਰੀ ਪਰ ਚੰਦਰਮਾ ਨੇ ਜਿਹੜਾ ਕੁਕਰਮ ਕੀਤਾ ਸੀ ਜੀ ਜਿਹੜਾ ਉਹਨੂੰ ਦਾਗ ਲੱਗਾ ਸੀ ਉਹ ਦਾਗ ਫਿਰ ਵੀ ਨਹੀਂ ਮਿਟ ਸਕਿਆ ਕਰਮ ਕਰ ਉਸ ਕਰਮ ਕਰਕੇ ਜਿਹੜਾ ਪੂਰਬਲਾ ਕਰਮ ਸੀਗਾ ਠੀਕ ਕਲੰਕ ਕਲੰਕ ਲੱਗਾ ਹੋਇਆ ਸੀ ਨਮ ਮਫੀ ਤਸਰੀ ਉਹ ਨਹੀਂ ਫਿਟਿਆ ਨਹੀਂ ਹਟਿਆ ਓਕੇ ਇਸ ਪੰਕਤੀ ਦਾ ਆਖਰੀ ਅਰਥ ਆ ਰਾਈਟ ਲੇਕਿਨ ਭਾਵ ਅਰਥ ਇਸਦਾ ਕੀ ਹੈਗਾ ਇਸ ਨੂੰ ਅਸੀਂ ਅਗਲੇ ਹਫ਼ਤੇ ਕੰਟੀਨਿਊ ਰੱਖਾਂਗੇ ਕਿਉਂਕਿ ਸਮਾਂ ਅੱਗੇ ਨਹੀਂ ਦੇ ਰਿਹਾ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਫੀਡਬੈਕ ਜ਼ਰੂਰ ਦੇਣਾ 604-603-7755 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com ਉਸ ਦੇ ਨਾਲ ਹੀ ਧੰਨਵਾਦ ਜੀ ਅਸੀਂ ਆਪਣੇ ਸਪੋਂਸਰ ਦੇ ਐਡਵਰਟਾਈਜ਼ਰਸ ਦੇ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ ਕਿਉਂਕਿ ਅਸੀਂ ਸਮਾਂ ਖਰੀਦਦੇ ਹਾਂ ਜੋਏ ਟੀਵੀ ਤੋਂ ਉਸ ਤੋਂ ਬਾਅਦ ਹਰ ਰੋਜ਼ ਤੁਹਾਡੇ ਘਰਾਂ ਤੱਕ ਇਹ ਉਪਰਾਲਾ ਕਰਦੇ ਹਾਂ ਕਿ ਜੋ ਸਹੀ ਸੋਚ ਹੈ ਗੁਰਬਾਣੀ ਦੀ ਉਹ ਤੁਹਾਡੇ ਤੱਕ ਪਹੁੰਚ ਸਕੇ ਉਸ ਵਿੱਚ ਜਿਹੜੇ ਸਾਡੇ ਐਡਵਰਟਾਈਜ਼ਰਸ ਨੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਜ਼ਰੂਰ ਸਪੋਰਟ ਕਰੋ ਤਾਂ ਕਿ ਉਹ ਨਿਰੰਤਰ ਸਾਨੂੰ ਸਾਥ ਦਿੰਦੇ ਰਹਿਣ ਅਤੇ ਅਸੀਂ ਇਹ ਪ੍ਰੋਗਰਾਮਸ ਬਣਾ ਕੇ ਤੁਹਾਡੇ ਤੱਕ ਪਹੁੰਚਦੇ ਰਹੀਏ ਸਮਾਂ ਕੱਢ ਕੇ ਪ੍ਰੋਗਰਾਮ ਦੇਖਣ ਲਈ ਧੰਨਵਾਦ ਫਿਰ ਮੁਲਾਕਾਤ ਕਰਾਂਗੇ ਤਦ ਤੱਕ ਗੁੱਡ ਬਾਏ